ਤੇ ਇਹ ਹੈਗੇ ਨੇ ਕੁਛ ਅਫਗਾਨਿਸਤਾਨੀ ਜੋ ਆਏ ਨੇ ਹੀਂਗ ਵੇਚਣ ਵਾਸਤੇ ਗਾਇਸ ਕੌਣ ਕੌਣ ਕੇ ਆਪਾਂ ਗਏ ਆ ਥੱਕ ਤੇ ਹਮਾਰੇ ਵੀਡੀਓ ਕਥਾ ਦਾ ਕਿਆ ਨਾਮ ਆਪਕਾ ਗੁੱਡ ਮਾਰਨਿੰਗ ਗਾਇਸ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਸੋਰੀ ਮੈਂ ਪਿਛਲੇ ਹਫਤੇ ਵੀਡੀਓ ਨਹੀਂ ਪਾ ਸਕਿਆ ਕਿਉਂਕਿ ਮੈਂ ਥੋੜਾ ਬਿਜ਼ੀ ਸੀਗਾ ਮਗਰ ਅੱਜ ਸੰਡੇ ਹੈ ਤੇ ਫਿਰ ਅੱਜ ਆਏਗੀ ਮੇਰੀ ਵੀਡੀਓ ਨਵੀਂ ਤੇ ਅੱਜ ਆਪਾਂ ਵਲੌਗ ਬਣਾਉਣ ਜਾਵਾਂਗੇ ਕੁਛ ਇੰਟਰਸਟਿੰਗ ਚੀਜ਼ ਤੁਹਾਨੂੰ ਦਿਖਾਵਾਂਗਾ ਔਰ ਲਾਸਟ ਵੀਕ ਵੈਸੇ ਵੀ ਕੁਛ ਇੰਟਰਸਟਿੰਗ ਸੀਗਾ ਨਹੀਂ ਤੁਹਾਨੂੰ ਦਿਖਾਉਣ ਵਾਲਾ ਤੇ ਚਲੋ ਅੱਜ ਸੰਡੇ ਨੂੰ ਕੁਛ ਇੰਟਰਸਟਿੰਗ ਚੀਜ਼ ਦਿਖਾਣਾ ਤੁਹਾਨੂੰ ਵੀਡੀਓ ਨਾਲ ਬਣੇ ਰਹੋ ਤੇ ਗਾਇਸ ਤੇ ਆਪਾਂ ਆ ਚੁੱਕੇ ਹਾਂ ਟ੍ਰੇਡ ਫੇਅਰ ਦੇ ਵਿੱਚ ਔਰ ਬਸ ਥੋੜ੍ਹੇ ਦਿਨ ਹੋਰ ਇਸ ਤੋਂ ਬਾਅਦ ਫਿਰ ਲੋਕਡਾਊਨ ਲੱਗ ਜਾਏਗਾ ਤੇ ਚਲੋ ਦੇਖ ਲਓ ਕਰਾਊਡ ਕਿੰਨਾ ਕਰਾਊਡ ਆ ਇਸ ਤੋਂ ਬਾਅਦ ਲੋਕਡਾਊਨ ਲੱਗ ਹੀ ਜਾਣਾ ਤੇ ਚਲੋ ਆਪਾਂ ਵੀ ਥੋੜ੍ਹਾ ਜਿਹਾ ਕਰਾਊਡ 'ਚ ਮਜ਼ਾ ਲੈ ਲਈਏ ਕਿਉਂ ਓਕੇ ਗਾਇਸ ਤੇ ਆਪਾਂ ਟਿਕਟ ਵਗੈਰਾ ਸਾਰੀ ਲੈ ਲਈ ਹੈ ਤੇ ਹੁਣ ਆਪਾਂ ਟ੍ਰੇਡ ਫੇਅਰ ਦੇ ਵਿੱਚ ਐਂਟਰੀ ਕਰ ਚੁੱਕੇ ਹਾਂ ਤੇ ਤੁਹਾਨੂੰ ਹੁਣ ਮੈਂ ਇੱਥੇ ਇੰਟਰਸਟਿੰਗ ਚੀਜ਼ਾਂ ਵਿਖਾਵਾਂਗਾ ਟ੍ਰੇਡ ਫੇਅਰ ਦੇ ਵਿੱਚ ਤਾਂ ਤੁਹਾਨੂੰ ਇੰਝ ਲੱਗੇਗਾ ਜਿਵੇਂ ਇਹਨਾਂ ਦੀਆਂ ਦੁਕਾਨਾਂ ਜਿਹੜੀਆਂ ਕੋਈ ਦਿੱਲੀਓਂ ਆਇਆ ਕੋਈ ਮੁੰਬਈ ਤੋਂ ਆਇਆ ਮਗਰ ਇੱਦਾਂ ਨਹੀਂ ਹੈ ਗਾਇਸ ਇਹਨਾਂ ਦੀਆਂ ਦੁਕਾਨਾਂ ਕਈਆਂ ਦੀ ਸੁਲਤਾਨਵਿੰਦ ਰੋਡ 'ਤੇ ਹੈ ਗਾਇਸ ਆਪਾਂ ਇੱਧਰ ਘੁੰਮਦੇ ਪਏ ਹਾਂ ਟ੍ਰੇਡ ਫੇਅਰ ਦੇ ਵਿੱਚ ਬੜੀ ਇੰਟਰਸਟਿੰਗ ਜਗ੍ਹਾ ਹੈਗੀ ਹੈ ਇੱਕ ਵਾਰੀ ਜ਼ਰੂਰ ਆ ਕੇ ਵੇਖ ਕੇ ਜਾਣਾ ਚਾਹੀਦਾ ਹਰ ਸਾਲ ਕੁਛ ਨਵਾਂ ਅਪਡੇਟਡ ਵਰਜ਼ਨ ਵੇਖਣ ਨੂੰ ਮਿਲਦਾ ਹੈ ਕਿ ਨਵੀਂ ਟੈਕਨੋਲੋਜੀ ਆਈ ਹੋਈ ਹੈ ਮਾਰਕੀਟ 'ਚ ਸਾਰੀ ਵੇਖਣ ਨੂੰ ਮਿਲਦੀ ਹੈ ਕੋਈ ਵੀ ਨਹੀਂ ਬਤਾਏਗਾ ਜੀ ਆਪਕੋ ਭਾਈ ਸਾਹਿਬ ਉਹ ਸ਼ਾਇਦ ਕਿਤਨੇ ਕਾ ਹੈ ਇਸ ਇਰਾਨੀਅਨ ਹੈ ਨਹੀਂ 550 ਤੇ ਇਹ ਹੈਗੇ ਨੇ ਕੁਛ ਅਫਗਾਨਿਸਤਾਨੀ ਜੋ ਆਏ ਨੇ ਹੀਂਗ ਵੇਚਣ ਵਾਸਤੇ ਕਾਫੀ ਇੰਟਰਸਟਿੰਗ ਚੀਜ਼ਾਂ ਹੈਗੀਆਂ ਇੱਥੇ ਦੇਖਣ ਵਾਲੀਆਂ ਮਗਰ ਸਾਡੇ ਕੋਲ ਟਾਈਮ ਹੁੰਦਾ ਨਹੀਂ ਹੁਣ ਹੌਲੀ ਹੌਲੀ ਇੰਟਰਸਟ ਜਿਹੜਾ ਹੈਗਾ ਉਹ ਖਤਮ ਹੁੰਦਾ ਜਾ ਰਿਹਾ ਹੈ ਟ੍ਰੇਡ ਫੇਅਰ ਦੇ ਵਿੱਚੋਂ ਔਰ ਹਜੇ ਵੀ ਦੋ ਹਾਲ ਬਚੇ ਹੋਏ ਆ